ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬੱਚਿਆਂ ਦੀ ਸਿਹਤ ਉੱਤੇ ਕੁਝ ਟਿਪਸ ਦੱਸੂੰਗਾ। ਤਾਂ ਦੋਸਤੋ, ਅੱਜ ਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ, ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਪਹਿਲਾਂ ਲੋਕ ਬੱਚਿਆਂ ਨੂੰ ਸਟੀਲ ਜਾਂ ਕੱਚ ਦੀ ਬੋਤਲ ਨਾਲ ਦੁੱਧ ਪਿਆਉਂਦੇ ਸਨ, ਪਰ ਹੁਣ ਬਾਜ਼ਾਰ ਵਿੱਚ ਪਲਾਸਟਿਕ ਬੋਤਲਾਂ ਦਾ ਵੀ ਬਦਲ ਮੌਜੂਦ ਹੈ ਅਤੇ ਨਾਲ ਹੀ ਇਸ ਦੇ ਟੁੱਟਣ ਦਾ ਵੀ ਕੋਈ ਡਰ ਨਹੀਂ ਹੁੰਦਾ। ਪਰ ਤੁਹਾਨੂੰ ਦੱਸ ਦਈਏ ਕਿ ਪਲਾਸਟਿਕ ਦੀ ਬੋਤਲ ਤੁਹਾਡੇ ਬੱਚੇ ਲਈ ਸਹੀ ਨਹੀਂ ਹੈ, ਕਿਉਂਕਿ ਇਸ ਵਿੱਚ ਰਸਾਇਣਿਕ ਤਰਲ ਪਦਾਰਥਾਂ ਦੀ ਕੋਟਿੰਗ ਹੁੰਦੀ ਹੈ ਅਤੇ ਜਦੋਂ ਅਸੀਂ ਇਸ 'ਚ ਗਰਮ ਦੁੱਧ ਪਾਉਂਦੇ ਹਾਂ ਤਾਂ ਇਹ ਰਸਾਇਣ ਦੁੱਧ ਵਿੱਚ ਮਿਲ ਜਾਂਦੇ ਹਨ ਅਤੇ ਬੱਚੇ ਦੇ ਸਰੀਰ ਵਿੱਚ ਪਹੁੰਚ ਜਾਂਦੇ ਹਨ ਅਤੇ ਬੱਚੇ ਦੀ ਸਿਹਤ ਖਰਾਬ ਹੋ ਜਾਂਦੀ ਹੈ। ਉੱਥੇ ਹੀ ਪਲਾਸਟਿਕ ਦੀ ਬੋਤਲ ਤੇ ਬੈਕਟੀਰੀਆ ਧੋਣ ਤੇ ਵੀ ਜਲਦੀ ਸਾਫ਼ ਨਹੀਂ ਹੁੰਦੇ ਹਨ। ਤਾਂ ਦੋਸਤੋ, ਪਲਾਸਟਿਕ ਦੀ ਬੋਤਲ ਬਣਾਉਣ ਵਿੱਚ ਕਈ ਤਰ੍ਹਾਂ ਦੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਹੁੰਦੀ ਹੈ ਜੋ ਬੱਚਿਆਂ ਲਈ ਹਾਨੀਕਾਰਕ ਹੋ ਸਕਦੇ ਹਨ। ਤਾਂ ਦੋਸਤੋ, ਰਸਾਇਣ ਪਲਾਸਟਿਕ ਦੀ ਬੋਤਲ 'ਚ ਇਸ ਫਿਨਾਲ ਰਸਾਇਣ ਪਾਇਆ ਜਾਂਦਾ ਹੈ ਜੋ ਗਰਮ ਦੁੱਧ ਪਾਉਂਦੇ ਹੀ ਉਸ 'ਚ ਮਿਕਸ ਹੋ ਜਾਂਦਾ ਹੈ। ਇਹ ਰਸਾਇਣ ਬੱਚੇ ਦੇ ਦਿਮਾਗ ਨੂੰ ਕਮਜ਼ੋਰ ਕਰਦਾ ਹੈ, ਇਸ ਕਾਰਨ ਉਸ ਦੇ ਮਾਨਸਿਕ ਵਿਕਾਸ ਤੇ ਮਾੜਾ ਅਸਰ ਪੈਂਦਾ ਹੈ। ਇਸ ਦੇ ਇਲਾਵਾ ਇਸ ਨਾਲ ਪ੍ਰਜਨਨ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਦਾ ਹੈ। ਪਲਾਸਟਿਕ ਦੀ ਬੋਤਲ ਨੂੰ ਸਾਫ਼ ਕਰਨਾ ਬਹੁਤ ਹੀ ਮੁਸ਼ਕਿਲ ਹੈ। ਧੋਣ ਉੱਤੇ ਇਹ ਸਾਫ਼ ਤਾਂ ਜ਼ਰੂਰ ਦਿਸਦੀ ਹੈ, ਪਰ ਪਲਾਸਟਿਕ ਦੇ ਕਾਰਨ ਇਸ ਦੇ ਅੰਦਰ ਸੂਖਮ ਕੀਟਾਣੂ ਪੈਦਾ ਹੋ ਜਾਂਦੇ ਹਨ ਜੋ ਧੋਣ ਦੇ ਉੱਤੇ ਵੀ ਜਲਦੀ ਦੂਰ ਨਹੀਂ ਹੁੰਦੇ। ਇਹ ਕੀਟਾਣੂ ਦੁੱਧ ਦੇ ਜ਼ਰੀਏ ਪੇਟ 'ਚ ਚਲੇ ਜਾਂਦੇ ਹਨ ਅਤੇ ਇਨਫੈਕਸ਼ਨ ਦਾ ਕਾਰਨ ਬਣਦੇ ਹਨ। ਇਸ ਬੋਤਲ ਦੇ ਵਿੱਚ ਦੁੱਧ ਪਿਆਉਣ ਦਾ ਮਾੜਾ ਅਸਰ ਬੱਚੇ ਦੇ ਰੋਗਾਂ ਤੋਂ ਬਚਾਉਣ ਦੀ ਸਮਰੱਥਾ ਤੇ ਪੈਂਦਾ ਹੈ। ਇਸ ਦੇ ਨਾਲ ਦੁੱਧ 'ਚ ਮੌਜੂਦ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਪਲਾਸਟਿਕ ਦੇ ਵਿੱਚ ਰਸਾਇਣ ਪ੍ਰਜਨਨ ਸਮਰੱਥਾ ਤੇ ਵੀ ਮਾੜਾ ਅਸਰ ਪਾਉਂਦੇ ਹਨ। ਤਾਂ ਦੋਸਤੋ, ਇਸ ਲਈ ਆਪਾਂ ਨੂੰ ਬੱਚਿਆਂ ਲਈ ਪਲਾਸਟਿਕ ਦੀ ਬੋਤਲ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਕੱਚ ਦੀ ਬੋਤਲ ਪਲਾਸਟਿਕ ਦੀ ਬੋਤਲ ਨਾਲੋਂ ਮਹਿੰਗੀ ਤਾਂ ਜ਼ਰੂਰ ਹੁੰਦੀ ਹੈ, ਪਰ ਇਸ ਵਿੱਚ ਕਿਸੇ ਤਰ੍ਹਾਂ ਦਾ ਰਸਾਇਣ ਮਿਕਸ ਨਹੀਂ ਹੁੰਦਾ ਤੇ ਨਾ ਹੀ ਗਰਮ ਦੁੱਧ ਪਾਉਣ ਤੇ ਕਿਸੇ ਤਰ੍ਹਾਂ ਦਾ ਰਸਾਇਣ ਮਿਕਸ ਹੁੰਦਾ ਹੈ। ਇਸ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ ਤੇ ਲੰਮੇ ਸਮੇਂ ਤੱਕ ਦੁੱਧ ਰੱਖਿਆ ਜਾ ਸਕਦਾ ਹੈ। ਸਿਰਫ ਕੱਚ ਦੀ ਬੋਤਲ ਨੂੰ ਸੰਭਾਲਣ ਦੀ ਕਾਫ਼ੀ ਜ਼ਰੂਰਤ ਹੁੰਦੀ ਹੈ, ਕਿਉਂਕਿ ਡਿੱਗਣ ਤੇ ਇਹ ਟੁੱਟ ਜਾਂਦੀ ਹੈ। ਕੱਚ ਦੀ ਬੋਤਲ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ, ਗਰਮ ਪਾਣੀ ਨਾਲ ਧੋਣ ਤੇ ਇਸ ਦੇ ਕੀਟਾਣੂ ਮਰ ਜਾਂਦੇ ਹਨ। ਪਲਾਸਟਿਕ ਦੀ ਬੋਤਲ ਦੇ ਮੁਕਾਬਲੇ ਕੱਚ ਦੀ ਬੋਤਲ 'ਚ ਦੁੱਧ ਜ਼ਿਆਦਾ ਦੇਰ ਤੱਕ ਤਾਜ਼ਾ ਰਹਿੰਦਾ ਹੈ ਅਤੇ ਸਵਾਦਯੁਕਤ ਵੀ ਰਹਿੰਦਾ ਹੈ। ਤਾਂ ਦੋਸਤੋ, ਕੱਚ ਨਾਲ ਬਣੀਆਂ ਚੀਜ਼ਾਂ ਨੂੰ 80% ਤੱਕ ਰਸਾਇਣਿਕ ਕੀਤਾ ਜਾ ਸਕਦਾ ਹੈ, ਜਦਕਿ ਪਲਾਸਟਿਕ ਸਿਹਤ ਅਤੇ ਵਾਤਾਵਰਣ ਦੋਨਾਂ ਲਈ ਹਾਨੀਕਾਰਕ ਹੁੰਦਾ ਹੈ। ਅਤੇ ਬੋਤਲ ਦੀ ਨਿੱਪਲ ਨੂੰ ਵੀ ਸਮੇਂ ਸਮੇਂ ਉੱਤੇ ਬਦਲਦੇ ਰਹੋ ਅਤੇ ਗਰਮ ਪਾਣੀ ਨਾਲ ਤੁਸੀਂ ਸਾਫ਼ ਕਰਦੇ ਰਹੋ। ਤਾਂ ਦੋਸਤੋ, ਵੱਡਿਆਂ ਦੀ ਬਜਾਏ ਬੱਚਿਆਂ ਦੀ ਸਵੱਛਤਾ ਦਾ ਧਿਆਨ ਰੱਖਣਾ ਜ਼ਰੂਰੀ ਹੈ, ਕਿਉਂਕਿ ਬੱਚਿਆਂ ਦਾ ਇਮਿਊਨ ਸਿਸਟਮ ਵੱਡਿਆਂ ਦੇ ਮੁਕਾਬਲੇ ਸਟਰੋਂਗ ਨਹੀਂ ਹੁੰਦਾ, ਜਿਸ ਕਾਰਨ ਉਹ ਜਲਦੀ ਬਿਮਾਰ ਪੈ ਜਾਂਦੇ ਹਨ। ਉਹਨਾਂ ਦੇ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਕੱਪੜੇ, ਬੈੱਡਸ਼ੀਟ ਤੇ ਖਿਡੌਣੇ ਸਾਫ਼ ਸੁਥਰੇ ਹੋਣੇ ਜ਼ਰੂਰੀ ਹਨ, ਖਾਸ ਕਰਕੇ ਨਵਜੰਮੇ ਤੋਂ ਲੈ ਕੇ 3 ਸਾਲ ਦੇ ਬੱਚੇ ਦੇ, ਕਿਉਂਕਿ ਉਹਨਾਂ ਨੂੰ ਹਰ ਚੀਜ਼ ਆਪਣੇ ਮੂੰਹ 'ਚ ਪਾਉਣ ਦੀ ਆਦਤ ਹੁੰਦੀ ਹੈ। ਇਸੇ ਤਰ੍ਹਾਂ ਦੁੱਧ ਦੀ ਬੋਤਲ ਦੀ ਸਫਾਈ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਬੋਤਲ ਤੋਂ ਇਨਫੈਕਸ਼ਨ ਬਹੁਤ ਹੀ ਜਲਦੀ ਹੁੰਦੀ ਹੈ। ਤਾਂ ਦੋਸਤੋ, ਇਹ ਤਾਂ ਸੀਗਾ ਅੱਜ ਦਾ ਵੀਡੀਓ। ਤੁਸੀਂ ਵੀ ਆਪਣੇ ਦੋਸਤਾਂ, ਮਿੱਤਰਾਂ ਨੂੰ ਜਾਂ ਆਪਣੇ ਪਰਿਵਾਰ ਮੈਂਬਰਾਂ ਨੂੰ ਵੱਧ ਤੋਂ ਵੱਧ ਇਸ ਦੀ ਜਾਣਕਾਰੀ ਦਿਵੋ ਕਿ ਪਲਾਸਟਿਕ ਦੀ ਬੋਤਲ ਦਾ ਆਪਾਂ ਇਸਤੇਮਾਲ ਨਹੀਂ ਕਰਨਾ ਹੈ, ਕੱਚ ਦੀ ਬੋਤਲ ਦਾ ਆਪਾਂ ਇਸਤੇਮਾਲ ਕਰਨਾ ਹੈ, ਜਿਸ ਦੇ ਨਾਲ ਆਪਣੇ ਬੱਚੇ ਸਿਹਤਮੰਦ ਰਹਿਣ। ਤਾਂ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ ਵੀਡੀਓ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਸਾਡੇ ਚੈਨਲ ਹੈਲਥ ਸਮਾਧਾਨ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।